ਮਾਹੌਲ ਤਾਂ ਪੰਜਾਬ ਦਾ ਕੁੱਲ ਮਿਲਾ ਕੇ ਲਾਇਨ ਡੋਟ ਤੁਹਾਨੂੰ ਪਤਾ ਹੀ ਹੈਗਾ। ਸੋ ਜਿੱਦਾਂ ਦੇ ਮਾਹੌਲ ਹੈਗਾ ਕਿ ਜਿਵੇਂ ਲੁੱਟਾਂ ਖੋਹਾਂ, ਜਿਵੇਂ NRI ਨੂੰ ਘਰ ਆ ਕੇ ਕਤਲ ਕਰਕੇ ਹੈਗੀ, ਜਾਂ ਰੋਜ਼ ਲੁੱਟਾਂ ਖੋਹਾਂ ਦੀਆਂ ਫਰੌਤੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਹੈਗੀਆਂ, ਅਤੇ ਲਾਜ਼ਮੀ ਤੌਰ 'ਤੇ ਇਲੈਕਸ਼ਨ ਜਿਹੜੀਆਂ ਪੰਚਾਇਤੀ ਚੋਣਾਂ ਹੈਗੀਆਂ, ਇਹਨਾਂ 'ਚ ਵੀ ਜਿਹੜੀ ਕਸ਼ੀਦਗੀ ਹੈਗੀ ਹੈ ਅੱਗੇ ਨਾਲੋਂ ਵੱਧ ਹੈਗੀ ਹੈ, ਅੱਜ ਧੜੇਬੰਦੀ ਵੀ ਅੱਗੇ ਨਾਲੋਂ ਵਧੀ ਹੈਗੀ ਹੈ, ਅਤੇ ਅਸੀਂ ਤਾਂ ਲੋਕਾਂ ਨੂੰ ਹੀ ਅਪੀਲ ਕਰਦੇ ਹਾਂ ਕਿ ਜਿਹੜਾ ਮਰਜ਼ੀ ਜਿੱਤੇ ਪਰ ਇੱਕ ਤਾਂ ਸਭ ਨੂੰ ਲੈਵਲ ਪਲੇਇੰਗ ਫੀਲਡ ਚਾਹੀਦਾ ਹੈਗਾ, ਦੂਜਾ ਹਿੰਸਾ ਦੀ ਬਿਲਕੁਲ ਕੋਈ ਧਿਰ ਕੋਸ਼ਿਸ਼ ਨਾ ਕਰੇ ਜਿਹਦੇ ਨਾਲ ਸਾਰਾ ਜਮਹੂਰੀ ਤਾਣਾ ਬਾਣਾ ਹੀ ਖਰਾਬ ਹੋ ਜਾਵੇ, ਜਮਹੂਰੀਅਤ ਦਾ ਕਨਸੈਪਟ ਹੀ ਖਰਾਬ ਹੋ ਜਾਵੇ। ਹਾਂ ਬਿਲਕੁਲ, ਇਹ ਤਾਂ ਉਹ ਤਾਂ ਸਾਜ਼ਿਸ਼ੀ ਢੰਗ ਲੱਗਦਾ ਹੀ ਹੈ ਜੀ, ਉਹ ਤਾਂ ਇੱਕ ਅਜਿਹੇ ਬੰਦੇ ਨੂੰ ਜਿਹਨੂੰ ਕੋਰਟ ਨੇ ਇੱਕ ਬਲਾਤਕਾਰ ਦੇ ਕੇਸ ਜੇਲ੍ਹ ਕੀਤੀ ਹੋਈ ਹੈ, ਉਸਨੂੰ ਜਿੰਨੀ ਵਾਰ ਪਰੋਲ ਮਿਲੀ ਹੈ ਔਰ ਜਿੰਨੀ ਲੰਬੀ ਪਰੋਲ ਮਿਲੀ ਹੈਗੀ ਹੈ, ਇਹ ਕਿਸੇ ਹੋਰ ਬਲਾਤਕਾਰ ਦੇ ਕੈਦੀ ਨੂੰ ਅੱਜ ਤੱਕ ਹਿੰਦੁਸਤਾਨ ਦੇ ਇਤਿਹਾਸ 'ਚ ਨਹੀਂ ਮਿਲੀ, ਜਾਂ ਇੱਦਾਂ ਦੇ ਵੱਡੇ ਦੋਸ਼ੀ ਨੂੰ ਅੱਜ ਤੱਕ ਹਿੰਦੁਸਤਾਨ ਦੇ ਇਤਿਹਾਸ 'ਚ ਨਹੀਂ ਮਿਲੀ। ਕੋਈ ਮੈਂ ਡੇਰੇ ਦਾ ਜਿਹਨੂੰ ਜਿਹੜਾ ਕੋਈ ਜਿਹਨੇ ਮੰਨਣਾ ਮੰਨੇ, ਉਹ ਇੱਕ ਅਲੱਗ ਵਿਸ਼ਾ ਹੈਗਾ, ਪਰ ਇੱਕ ਅਪਰਾਧੀ ਦੇ ਤੌਰ 'ਤੇ ਜੋ ਉਹਨਾਂ ਅਪਰਾਧੀ ਦੀ ਤਰ੍ਹਾਂ ਸਲੂਕ ਹੋਣਾ ਚਾਹੀਦਾ, ਚਾਹੇ ਡੇਰੇ ਦਾ ਸਾਧ ਹੀ ਕਿਉਂ ਨਾ ਹੋਵੇ, ਤਾਂ ਉਹ ਜਿਹੜੀ ਸਰਕਾਰ ਹੈ ਕਿਤੇ ਨਾ ਕਿਤੇ ਉਹ 'ਚ ਕੰਪਰੋਮਾਈਜ਼ ਕਰ ਰਹੀ ਹੈਗੀ ਹੈ, ਕਿਤੇ ਨਾ ਕਿਤੇ ਆਪਣੇ ਸਿਆਸੀ ਲਾਹੇ ਵਾਸਤੇ, ਚਾਹੇ ਤਾਂ ਉਹ ਲੋਕ ਸਭਾ ਚੋਣਾਂ ਸੀਗੀਆਂ ਉਸ ਵੇਲੇ ਹੋਈ ਹੈਗੀ ਹੈ, ਚਾਹੇ ਅੱਜ ਕੱਲ੍ਹ ਲੋਕ ਸਭਾ ਵਿਧਾਨ ਸਭਾ ਚੋਣਾਂ ਹਰਿਆਣੇ 'ਚ ਉਹਦੇ ਕਰਕੇ ਹੈ, ਔਰ ਪੰਚਾਇਤ ਜਿਹੜੀਆਂ ਚੋਣਾਂ ਹੈਗੀਆਂ, ਜਿਹੜੀਆਂ ਪੰਚਾਇਤੀ ਚੋਣਾਂ ਪੰਜਾਬ 'ਚ ਹੋ ਰਹੀਆਂ ਉਹਦੇ ਕਰਕੇ ਹੈਗੀ ਹੈ। ਇਹ ਜਿਹੜੀ ਰਿਹਾਈ ਹੈ ਉਹਦੀ ਪੈਰੋਲ ਹੈਗੀ ਹੈ ਉਹ ਸਿਆਸੀ ਹੈਗੀ ਹੈ, ਔਰ ਕਾਨੂੰਨ ਦਾ ਜਬਰ ਜਨਾਹ ਹੈ, ਕਾਨੂੰਨ ਜਿਹੜੇ ਅਮਨ ਕਾਨੂੰਨ ਹੈ ਜਾਂ ਭਾਰਤ ਦਾ ਸੰਵਿਧਾਨ ਹੈਗਾ ਉਹਦੇ ਨਾਲ ਇੱਕ ਕਿਸਮ ਦਾ ਬਲਾਤਕਾਰ ਕੀਤਾ ਜਾ ਰਿਹਾ। ਕੋਟੀ ਦੇ ਵਿੱਚ ਦਾਖਲ ਰਹੇ ਨੇ 4 ਦਿਨ, ਕੇਜਰੀਵਾਲ ਨਹੀਂ ਪਹੁੰਚੇ, ਕਿਤੇ ਕਿਤੇ ਲੱਗ ਰਹੇ ਦੋਨਾਂ 'ਚ ਤਰੇੜ ਪੈਦਾ ਹੋ ਚੁੱਕੀ? ਨਹੀਂ ਲੱਗਦੀ ਤਾਂ ਹੈਗੀ ਹੈ, ਤਰੇੜ ਤਾਂ ਹੈਗੀ, ਤਰੇੜ ਤਾਂ ਲਾਜ਼ਮੀ ਤੌਰ 'ਤੇ ਹੈਗੀ ਹੈ, ਕਿਉਂਕਿ ਜੋ ਜਿਸ ਤਰ੍ਹਾਂ ਆਤਸ਼ੀ ਮਾਰਲੀਨਾ ਦੇ ਜਿਹੜਾ ਸਮਾਰੋਹ ਸੀਗਾ, ਉਹਨਾਂ ਨੂੰ ਮੁੱਖ ਮੰਤਰੀ ਸਹੁੰ ਚੁਕਾਉਣੀ ਸੀਗੀ ਜਾਂ ਪਾਰਟੀ ਲੀਡਰ ਚੁਣਨਾ ਸੀਗਾ, ਉੱਥੇ ਜਿਸ ਤਰ੍ਹਾਂ ਭਗਵੰਤ ਮਾਨ ਬੈਠੇ ਸੀਗੇ ਔਰ ਬੈਠਿਆਂ ਬਿਠਾਇਆਂ ਦਾ ਨਾਂ ਤੱਕ ਨਹੀਂ ਲਿਆ ਗਿਆ, ਬੋਲਣ ਦਾ ਇੱਕ ਪਾਸੇ ਰਿਹਾ, ਇਹਨਾਂ ਜ਼ਿਕਰ ਤੱਕ ਨਹੀਂ ਕੀਤਾ ਗਿਆ, ਪੂਰਾ ਅਣਗੌਲਿਆਂ ਕੀਤਾ ਗਿਆ, ਇਹ ਇੱਕ ਬੜੀ ਨਿਵੇਕਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਜਿੱਥੇ ਵੀ ਜਾਣਾ ਸਰਵਾਲੇ ਮੰਗੋ ਸਾਡੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਜਾਂਦੇ ਸੀ, ਕਿਉਂਕਿ ਸਾਡਾ ਜਹਾਜ਼ ਜਾਣਾ ਹੁੰਦਾ ਸੀ, ਜਹਾਜ਼ ਤਾਂ ਹੀ ਜਾ ਸਕਦਾ ਸਾਡਾ ਮੁੱਖ ਮੰਤਰੀ ਵਿੱਚ ਬੈਠਾ ਹੈਗਾ। ਸੋ ਪੰਜਾਬ ਦੇ ਸਾਧਨ ਵਰਤਣ ਵਾਸਤੇ ਭਗਵੰਤ ਮਾਨ ਠੀਕ ਹੈਗਾ, ਪਰ ਜਿਹੜਾ ਪੰਜਾਬ ਨੂੰ ਮਨ ਦਾ ਮਾਨਤਾ ਦੇਣਾ ਪੰਜਾਬ ਦੇ ਮੁੱਖ ਮੰਤਰੀ ਨੂੰ, ਇਲੈਕਟਡ ਚੀਫ ਮਿਨਿਸਟਰ ਨੂੰ, ਉਹਦੇ ਵਿੱਚ ਕੇਜਰੀਵਾਲ ਨੇ ਬਿਲਕੁਲ ਹੀ ਪੰਜਾਬ ਨਾਲ ਧੱਕਾ ਕੀਤਾ, ਭਗਵੰਤ ਮਾਨ ਨਾਲ ਧੱਕਾ ਕੀਤਾ ਹੈਗਾ। ਇਸ ਮਾਮਲੇ ਮੈਂ ਭਗਵੰਤ ਮਾਨ ਦੇ ਨਾਲ ਹੈਗਾ ਕਿ ਜੋ ਪੰਜਾਬ ਦੀ ਹੇਠੀ ਕੀਤੀ ਹੈ, ਪੰਜਾਬ ਦੇ ਮੁੱਖ ਮੰਤਰੀ ਨੂੰ ਅਣਗੌਲਿਆਂ ਕਰਕੇ ਹੇਠੀ ਕੀਤੀ ਹੈ, ਉਹ ਦਿੱਲੀ ਦਾ ਜਿਹੜਾ ਕਬਜ਼ਾ ਹੈਗਾ ਹੈ, ਕਦੀ ਤਾਂ ਉਹ ਜਿਹੜਾ ਰਾਘਵ ਚੱਡੇ ਦੀ ਜ਼ਿਕਰਾਂ ਦਾ, ਕਦੀ ਇੱਕ ਹੋਰ ਇਹਨਾਂ ਦਾ ਜਿਹੜਾ ਛੱਤੀਸਗੜ੍ਹ ਤੋਂ ਹੀ ਨਹੀਂ ਬਣਾਇਆ ਹੋਇਆ ਰਾਜ ਸਭਾ ਮੈਂਬਰ, ਉਹਦਾ ਨਾਂ ਹੈਗਾ ਪਾਠਕ ਹੈਗਾ, ਅਤੇ ਇਹ ਜਿਸ ਧੌਂਸ ਨਾਲ ਪੰਜਾਬ 'ਚ ਘੁੰਮਦੇ ਹੈਗੇ, ਸਾਨੂੰ ਤਾਂ ਅੱਗ ਲੱਗਦੀ ਹੈ ਸਿੱਧੀ ਜੀ ਗੱਲ, ਸਾਨੂੰ ਤਾਂ ਚੰਗਾ ਨਹੀਂ ਲੱਗਦਾ ਕਿ ਦਿੱਲੀ ਦੀ ਇਸ ਤਰ੍ਹਾਂ ਦੀ ਦਖਲ ਅੰਦਾਜ਼ੀ ਡੇ ਟੂ ਡੇ ਪਾਰਟੀ ਦੀ ਵਰਕਿੰਗ ਵਿੱਚ, ਅਤੇ ਪੰਜਾਬ ਨਾਲ ਇਹ ਬਹੁਤ ਹੀ ਇੱਕ ਮਤਲਬ ਨੰਗੀ ਚਿੱਟੀ ਬਦਮਾਸ਼ੀ ਹੈਗੀ ਹੈ ਦਿੱਲੀ ਗੈਂਗ ਦੀ। ਦੇਖੋ ਫਾਈਨੈਂਸ਼ੀਅਲ ਐਮਰਜੈਂਸੀ ਤਾਂ ਲੱਗ ਸਕਦੀ ਹੈਗੀ ਹੈ, ਔਰ ਸੈਂਟਰ ਨੇ ਹਾਲਾਂਕਿ ਇਹਦੀ ਲਿਮਿਟ ਵਧਾ ਦਿੱਤੀ ਹੈਗੀ ਹੈ, ਉਹ ਵੀ ਕਿਉਂਕਿ ਭਗਵੰਤ ਮਾਨ ਜਿਵੇਂ ਹੁੰਦਾ ਨਾ, ਅੱਧੀ ਮੈਂ ਤੇਰੀ ਮਲਾਜੇਦਾਰਾ, ਅੱਧੀ ਮੈਂ ਪਤਾ ਨਹੀਂ ਕਿਹਦੀ ਗਰੀਬ ਜੱਟ ਦੀ, ਅਤੇ ਇਹਦਾ ਹਾਲ ਹੈ ਕਿ ਅੱਧਾ ਤਾਂ ਹੈਗਾ ਅਮਿਤ ਸ਼ਾਹ ਦਾ, ਇਹ ਅੱਧਾ ਹੈਗਾ ਕੇਜਰੀਵਾਲ ਦਾ, ਇਹ ਭਗਵੰਤ ਮਾਨ ਅੱਧੋ ਅੱਧ ਹੈਗਾ। 2 ਕਰੋੜ ਰੁਪਇਆ ਬੋਲੀ ਲੱਗ ਚੁੱਕੀ ਹੈ ਡੇਰਾ ਬਾਬਾ ਨਾਨਕ ਇੱਕ ਪਿੰਡ। ਹਾਂ ਇਹ ਬੜੀ ਗਲਤ ਗੱਲ ਹੈ ਜੀ, ਬਹੁਤ ਹੀ ਘਟੀਆ ਗੱਲ ਹੈ, ਬਹੁਤ ਹੀ ਗਲਤ ਗੱਲ ਹੈ। ਇਹਦਾ ਜਮਹੂਰੀਅਤ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ, ਬਲਾਤਕਾਰ ਵਾਲੀ ਕਰਨ ਵਾਲੀ ਗੱਲ ਹੈ, ਉਹਦੀ ਭਾਵਨਾ ਹੀ ਮਾਰਤੀ ਜਮਹੂਰੀਅਤ ਦੀ, ਜੇ 2-2 ਕਰੋੜ ਦੀ ਸਰਪੰਚੀ ਵਿਕਣ ਲੱਗ ਪਈ ਹੈਗੀ ਹੈ। ਡਾਕਟਰ ਸਾਹਿਬ, ਜੀਰੇ ਦੇ ਗੋਲੀ ਲੱਗੀ ਹੈ ਜੀ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ, ਜੋ ਆਪਸੀ ਰੋਲਾ ਹੋਇਆ ਕਾਂਗਰਸੀ ਨੇ, ਕੁਲਵੀਰ ਜੀਰਾ ਕਿਵੇਂ ਦੇਖਦੇ ਹੋ? ਦੇਖੋ ਬਹੁਤ ਗਲਤ ਗੱਲ, ਹਿੰਸਾ ਦਾ ਜਿਹੜਾ ਵਰਤਾਰਾ ਹੈਗਾ ਚੋਣਾਂ ਵਿੱਚ, ਇਹ ਬਹੁਤ ਹੀ ਘਾਤਕ ਸਿੱਟੇ ਨਿਕਲਦੇ ਹੈਗੇ, ਦੁਸ਼ਮਣੀਆਂ ਪੱਕੀਆਂ ਪੈਂਦੀਆਂ, ਲੋਕਾਂ ਦੀ ਜ਼ਿੰਦਗੀਆਂ ਖਰਾਬ ਹੁੰਦੀਆਂ, ਮੌਤਾਂ ਵੀ ਹੁੰਦੀਆਂ, ਸਾਰੀ ਉਮਰ ਦੀ ਜਿਹੜੀ ਧੜੇਬੰਦੀ ਪੈਦਾ ਹੁੰਦੀ ਹੈ, ਇਹ ਤੋਂ ਹਰ ਪਾਰਟੀ ਨੂੰ ਗਰੇਜ਼ ਕਰਨਾ ਚਾਹੀਦਾ।